ਆਹ ਦੇਖੋ ਪਹਿਲਾ ਬੈਰੀਕੇਡ, ਪਹਿਲਾ ਬੈਰੀਕੇਡ ਮੈਂ ਤੋੜਨ ਦਾ ਜ਼ਿਕਰ ਕਰ ਰਿਹਾ ਸੀ। ਇਹ ਦੇਖੋ ਇਹ ਜਿਹੜੀਆਂ ਲੋਹੇ ਦੀਆਂ ਜਿਹੜਾ ਤਾਰਾਂ ਸੀਗੀਆਂ ਉਹ ਲਗਾਈਆਂ ਹੋਈਆਂ ਸੀ, ਤਾਂ ਪਹਿਲਾ ਬੈਰੀਕੇਡ ਪੁੱਟ ਕੇ ਜਿਹੜਾ ਉਹ ਲੈ ਗਏ। ਪਹਿਲਾ ਬੈਰੀਕੇਡ ਜਿਹੜਾ ਜਿਸਦਾ ਮੈਂ ਜ਼ਿਕਰ ਕਰ ਰਿਹਾ ਸੀ, ਪਹਿਲਾ ਬੈਰੀਕੇਡ ਜਿਹੜਾ ਵਾ ਉਹ ਤੋੜ ਦਿੱਤਾ ਗਿਆ ਵਾ। ਇਹ ਤਸਵੀਰਾਂ ਨੇ ਹਰਿਆਣਾ ਦੇ ਸ਼ੰਭੂ ਬਾਰਡਰ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਕਿਸ ਤਰੀਕੇ ਨਾਲ ਬੈਰੀਕੇਡ, ਪਹਿਲਾ ਬੈਰੀਕੇਡ ਜਿਹੜਾ ਵਾ ਉਹ ਪੁੱਟ ਦਿੱਤਾ ਗਿਆ ਵਾ, ਔਰ ਹੁਣ ਇਸ ਤੋਂ ਬਾਅਦ ਅਗਲਾ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿਸਾਨਾਂ ਦੇ ਵੱਲੋਂ। ਪਹਿਲਾ ਬੈਰੀਕੇਡ ਜਿਹੜਾ ਤੋੜ ਦਿੱਤਾ ਗਿਆ ਜਿਸਦਾ ਪਹਿਲਾਂ ਤੋੜਤਾ, ਹੁਣ ਦੂਸਰਾ ਤੋੜਾਂਗੇ ਡਰੋਨ ਦੇ ਜ਼ਰੀਏ ਲਗਾਤਾਰ। ਪਹਿਲਾ ਬੈਰੀਕੇਡ ਜਿਹੜਾ ਤੋੜ ਦਿੱਤਾ ਗਿਆ, ਤੋੜ ਦਿੱਤਾ, ਪਹਿਲਾ ਬੈਰੀਕੇਡ ਤੋੜ ਦਿੱਤਾ ਗਿਆ। ਆਹ ਦੇਖੋ ਪਹਿਲਾ ਬੈਰੀਕੇਡ, ਪਹਿਲਾ ਬੈਰੀਕੇਡ ਮੈਂ ਤੋੜਨ ਦਾ ਜ਼ਿਕਰ ਕਰ ਰਿਹਾ ਸੀ। ਇਹ ਦੇਖੋ ਇਹ ਜਿਹੜੀਆਂ ਲੋਹੇ ਦੀਆਂ ਜਿਹੜਾ ਤਾਰਾਂ ਸੀਗੀਆਂ ਉਹ ਲਗਾਈਆਂ ਹੋਈਆਂ ਸੀ, ਤਾਂ ਪਹਿਲਾ ਬੈਰੀਕੇਡ ਪੁੱਟ ਕੇ ਜਿਹੜਾ ਉਹ ਲੈ ਗਏ। ਪਹਿਲਾ ਬੈਰੀਕੇਡ ਜਿਹੜਾ ਜਿਸਦਾ ਮੈਂ ਜ਼ਿਕਰ ਕਰ ਰਿਹਾ ਸੀ, ਪਹਿਲਾ ਬੈਰੀਕੇਡ ਜਿਹੜਾ ਵਾ ਉਹ ਤੋੜ ਦਿੱਤਾ ਗਿਆ ਵਾ। ਇਹ ਤਸਵੀਰਾਂ ਨੇ ਹਰਿਆਣਾ ਦੇ ਸ਼ੰਭੂ ਬਾਰਡਰ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਕਿਸ ਤਰੀਕੇ ਨਾਲ ਬੈਰੀਕੇਡ, ਪਹਿਲਾ ਬੈਰੀਕੇਡ ਜਿਹੜਾ ਵਾ ਉਹ ਪੁੱਟ ਦਿੱਤਾ ਗਿਆ ਵਾ, ਔਰ ਹੁਣ ਇਸ ਤੋਂ ਬਾਅਦ ਅਗਲਾ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿਸਾਨਾਂ ਦੇ ਵੱਲੋਂ। ਪਹਿਲਾ ਬੈਰੀਕੇਡ ਜਿਹੜਾ ਤੋੜ ਦਿੱਤਾ ਗਿਆ ਜਿਸਦਾ ਪਹਿਲਾਂ ਤੋੜਤਾ, ਹੁਣ ਦੂਸਰਾ ਤੋੜਾਂਗੇ ਡਰੋਨ ਦੇ ਜ਼ਰੀਏ ਲਗਾਤਾਰ। ਮਰਜ਼ੀ ਹੋ ਜਾਏ, ਪਹਿਲਾ ਬੈਰੀਕੇਡ ਜਿਹੜਾ ਤੋੜ ਦਿੱਤਾ ਗਿਆ, ਤੋੜ ਦਿੱਤਾ, ਦੂਜੇ ਵੀ ਲਿਆ, ਪਹਿਲਾ ਬੈਰੀਕੇਡ ਤੋੜ ਦਿੱਤਾ ਗਿਆ। ਆਹ ਦੇਖੋ ਪਹਿਲਾ ਬੈਰੀਕੇਡ, ਪਹਿਲਾ ਬੈਰੀਕੇਡ ਮੈਂ ਤੋੜਨ ਦਾ ਜ਼ਿਕਰ ਕਰ ਰਿਹਾ ਸੀ। ਇਹ ਦੇਖੋ ਇਹ ਜਿਹੜੀਆਂ ਲੋਹੇ ਦੀਆਂ ਜਿਹੜਾ ਤਾਰਾਂ ਸੀਗੀਆਂ ਉਹ ਲਗਾਈਆਂ ਹੋਈਆਂ ਸੀ, ਤਾਂ ਪਹਿਲਾ ਬੈਰੀਕੇਡ ਪੁੱਟ ਕੇ ਜਿਹੜਾ ਉਹ ਲੈ ਗਏ। ਪਹਿਲਾ ਬੈਰੀਕੇਡ ਜਿਹੜਾ ਜਿਸਦਾ ਮੈਂ ਜ਼ਿਕਰ ਕਰ ਰਿਹਾ ਸੀ, ਪਹਿਲਾ ਬੈਰੀਕੇਡ ਜਿਹੜਾ ਵਾ ਉਹ ਤੋੜ ਦਿੱਤਾ ਗਿਆ ਵਾ। ਇਹ ਤਸਵੀਰਾਂ ਨੇ ਹਰਿਆਣਾ ਦੇ ਸ਼ੰਭੂ ਬਾਰਡਰ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਕਿਸ ਤਰੀਕੇ ਨਾਲ ਬੈਰੀਕੇਡ, ਪਹਿਲਾ ਬੈਰੀਕੇਡ ਜਿਹੜਾ ਵਾ ਉਹ ਪੁੱਟ ਦਿੱਤਾ ਗਿਆ ਵਾ, ਔਰ ਹੁਣ ਇਸ ਤੋਂ ਬਾਅਦ ਅਗਲਾ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿਸਾਨਾਂ ਦੇ ਵੱਲੋਂ। ਪਹਿਲਾ ਬੈਰੀਕੇਡ ਜਿਹੜਾ ਤੋੜ ਦਿੱਤਾ ਗਿਆ ਜਿਸਦਾ ਪਹਿਲਾਂ ਤੋੜਤਾ, ਹੁਣ ਦੂਸਰਾ ਤੋੜਾਂਗੇ ਡਰੋਨ ਦੇ ਜ਼ਰੀਏ ਲਗਾਤਾਰ। ਮਰਜ਼ੀ ਹੋ ਜਾਏ, ਪਹਿਲਾ ਬੈਰੀਕੇਡ ਜਿਹੜਾ ਤੋੜ ਦਿੱਤਾ ਗਿਆ, ਤੋੜ ਦਿੱਤਾ, ਦੂਜੇ ਵੀ ਲਿਆ, ਪਹਿਲਾ ਬੈਰੀਕੇਡ ਤੋੜ ਦਿੱਤਾ ਗਿਆ।